बिस्मिल्लाहिर्रहमानिर्रहीम, अस्सलाम वालेकुम, वेलकम टू माय यूट्यूब चैनल। तो कैसे हैं सब भाई? उम्मीद है सब भाई खैरियत से होंगे। तो आज जी मेरा एक बहुत ही प्यारा दोस्त है आदिल जट, मैं आज उसकी ज़मीनों पे आया हुआ हूँ। और ये उसका, सबसे पहले आपको उसका रकबा दिखा रहा हूँ मैं, उसका डेरा। और आज यहाँ जो है ना, आलू की फसल मेरे भाई ने ये काश्त की हुई थी, आज उसकी जो है हार्वेस्टिंग करनी है उन्होंने, तो वो भी इंशाल्लाह आपको दिखाएंगे। ਸਾਰੀ ਜੋ ਬਲੋਗ ਸਾਰ ਆ ਵੀਡੀਓ ਬਣਾ ਦੇ ਵੀਡੀਓ ਬਣਾ ਦੇ ਨਹੀਂ ਵੀਡੀਓ ਦੇ ਨਾ ਸਾਰਿਆਂ ਦੀ ਬਣਾਉਣੀ ਤੇ ਇੱਧਰ ਆ ਵੀਰੇ ਆ ਵੇ ਹਾਂ ਇੱਕ ਬੰਦਾ ਲਾ ਕੇ ਕਿੱਦਾਂ ਦਾ ਮੇਰੇ ਪਿੱਛੇ ਪਿਆ ਉਹ ਮੇਰਾ ਦਾ ਮੇਰੇ ਆਲੂ ਮੈਨੂੰ ਖਾ ਕੌਣ ਹੈਗਾ ਇੱਕ ਬੇਲੀ ਸਰ ਮਾਨ ਸੁਣਾ ਠੀਕ ਠਾਕ ਆ ਟੋਕਰੀ ਪਾ ਗਿਆ ਆ ਹਾਲ ਦਾ ਆ ਗੱਲ ਹੀ ਸਰ ਮਾਨ ਆ ਜੀ ਠੀਕ ਹੈ ਸਾਰਾ ਲੋ ਨੌਕਰ ਬੁੱਲੇ ਹੋ ਗਿਆ ਜਦੋਂ ਤੇਰਾ ਭਰਾ ਬੁੱਲਾ ਹੋ ਜਾਂਦਾ ਨਾ ਠੀਕ ਹੈ ਸਰ ਲਓ ਜੀ ਨੌਕਰ ਸਰ ਅਸੀਂ ਤੁਹਾਡੇ ਹਾਂ ਯਾਰ ਵੀਡੀਓ ਬਣਦੀ ਵੀ ਆ ਲੋ ਇਹਨਾਂ ਵੀਡੀਓ ਚਲਾ ਲੈਣੀ ਥੱਲੇ ਰੱਖੀ ਖਰਾਬ ਨਾ ਹੋ ਜਾਵੇ ਬਾਹਰ ਜਾਣੀ ਵਾਹ ਵਾਹ ਕਿਵੇਂ ਆਲੂ ਬਣਦੇ ਨੇ ਹਾਂ ਸਾਹਿਬ ਨਹੀਂ ਆਲੂਆਂ ਦਾ ਸੈਂਪਲ ਖਵਾਉਣ ਦੇ ਲੋਕਾਂ ਅੱਛਾ ਅੱਛਾ ਬੰਦਾ ਬੈਠਾ ਉਹਦੀ ਖਾਸ ਹੋਰ ਬਾਹਰ ਭੇਜਣੀ ਹੈ ਕਲਾ ਕਲਾ ਪੱਟੀ ਦਾੜੀ ਗਈ ਤੂੰ ਕੁਛ ਆਖਿਆ ਤੂੰ ਬਾਬੇ ਦਾ ਸੋਚਣਾ ਅੱਪ ਦਿੱਤਾ ਏ ਨਾ ਵੀ ਨਾ ਵੀ ਨਾ ਬਾਬਾ ਸਹੀ ਲੱਗਾ ਕਰ ਲਾ ਚੱਲ
ਇਹ ਵਾਲਾ ਭਾਅ ਜੀ ਜਿਹੜਾ ਤੁਹਾਨੂੰ ਮੈਂ ਦੱਸਣਿਆ ਹਾਂ ਇਹ ਵਾਲਾ ਹੋਰ ਲਾ ਲਾ ਕਰੱਲਾ ਪਾ ਲੈ ਹਲਵਾ ਜੀ ਨਾ ਕੁਝ ਕਰਨਾ ये जी आदिल भाई ने असील मुर्गे रखे हुए हैं। आदिल भाई को काफ़ी शौक है इनका और बड़े शौक से और प्यार से आदिल भाई ने बड़े प्यारे मुर्गे रखे हुए हैं माशाल्लाह। इतना होर च जहाँ आलू नहीं रहने चाहिए उन्हें नहीं रहते आलू रहने में जवाब था अभी दो चक्कर लाए थे ने हर चीज क्लियर कर दी पानी छड़े अरबी नू मैं चलिया उधर नू हूं